ਕੀ ਨਾਮ ਤੁਹਾਡਾ ਵਿਜੇ ਗਰੇਵਾਲ ਕੀ ਗੱਲ ਹੋਈ ਸੀ ਦੱਸੋ ਸਾਰੀ ਰਾਤੀ ਵਿਪਨ ਸੁਪਰਵਾਲ ਚੇਤਨ ਹੰਡਾ ਆਏ ਦੁਕਾਨ ਦੇ ਬਾਹਰ ਮੈਂ ਛੁੱਟੀ ਕਰਕੇ ਬਾਹਰ ਖੜਾ ਸੀ ਕਹਿੰਦੇ ਜੀ ਦੋ ਮਿੰਟ ਸਾਡੇ ਨਾਲ ਦਫ਼ਤਰ ਚਲੋ ਮੈਂ ਆਪਣੇ ਮਾਸੀ ਦੇ ਲੜਕੇ ਕੋਲ ਗਿਆ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਨੇ ਦਫ਼ਤਰ ਗਿਆ ਉਹਨਾਂ ਨੂੰ ਕਿਹਾ ਕਿ ਹਾਂਜੀ ਭਾਈ ਜੀ ਕਹਿੰਦੇ ਜੀ ਤੁਹਾਡੀ ਆਪਸ 'ਚ ਸੈਟਿੰਗ ਹੋ ਗਈ ਆ ਪੈਸਿਆਂ ਦੀ ਤੁਸੀਂ ਸਾਨੂੰ 10 ਲੱਖ ਰੁਪਏ ਦੇ ਦਿਓ ਮੈਂ ਕਿਹਾ ਭਾਅ ਜੀ ਤੁਹਾਡੀ ਤਾਂ ਕਿਸ ਗੱਲ ਦੀ ਕੋਈ ਗੱਲ ਹੀ ਨਹੀਂ ਹੈਗੀ ਕੋਈ ਕਰਨਾ ਕਹਿੰਦਾ ਨਹੀਂ ਜੀ ਤੁਸੀਂ ਸਾਨੂੰ ਵਿੱਚ ਸ਼ਸ਼ੀ ਭਾਈ ਨੂੰ ਤੁਸੀਂ ਕਿਹਾ ਸੀ ਮੈਂ ਕਿਹਾ ਉਹ ਕਿਹਾ ਸੀ ਉਸ ਤੋਂ ਬਾਅਦ ਮੇਰੀ ਉਹਨਾਂ ਨਾਲ ਕੋਈ ਗੱਲ ਹੀ ਨਹੀਂ ਹੋਈ ਕਹਿੰਦੇ ਨਹੀਂ ਤੁਹਾਡੀ ਗੱਲ ਹੋਈ ਜਾਂ ਨਹੀਂ ਹੋਈ ਸਾਨੂੰ ਸਾਡੇ ਪੈਸੇ ਚਾਹੀਦੇ ਆ 10 ਲੱਖ ਰੁਪਏ ਉਹ ਕਿਸ ਚੀਜ਼ ਦਾ ਮੰਗਦੇ ਪਏ 10 ਲੱਖ ਰੁਪਏ ਉਹ ਕਿਸ ਚੀਜ਼ ਦਾ ਮੰਗਦੇ ਪਏ ਮੈਨੂੰ ਖੁਦ ਨਹੀਂ ਪਤਾ ਜੀ ਕਿਸ ਕਹਿੰਦੇ ਜੀ ਨਹੀਂ ਤਾਂ ਤੁਹਾਨੂੰ ਝੂਠੇ ਕੇਸ 'ਚ ਅੰਦਰ ਕਰਾ ਦਾਂਗੇ ਆਪਣੇ ਬੰਦਿਆਂ ਦੀ ਲੱਤ ਬਾਂਹ ਲਾ ਦਾਂਗੇ ਤੁਹਾਨੂੰ ਅੰਦਰ ਕਰਾ ਦਾਂਗੇ ਝੂਠੇ ਕੇਸ ਮੈਂ ਇੱਦਾਂ ਦੇ ਕਦੀ ਮਾਮਲਿਆਂ 'ਚ ਪਿਆ ਨਹੀਂ ਨਾ ਮੈਨੂੰ ਕੋਈ ਸਮਝ ਆ ਗਈ ਜੀ ਕਿਸੇ ਗੱਲ ਦੀ ਸਿਰ ਸਿੱਧੇ ਸਾਦੀ ਦੁਕਾਨਦਾਰੀ ਕਰੀਦੀ ਹੈ ਬਸ ਦੁਕਾਨਦਾਰੀ ਕਰੀ ਹੈ ਬਰਤਨਾਂ ਦਾ ਕੰਮ ਹੈ ਮੇਰਾ ਕਿੱਥੇ ਕਰਕੇ ਦੁਕਾਨ ਚੌਂਕ ਸੁੱਧਾਂ ਬਰਤਨਾਂ ਦੀ ਯਾਰ ਤੁਹਾਨੂੰ ਧਮਕੀ ਕਿਹਦੇ ਕਿਹਦੇ ਲਾਉਂਗੇ ਜੀ ਵਿਪਨ ਸੱਭਰਵਾਲ ਚੇਤਨ ਹੰਡਾ